ਜਿੱਥੇ ਪੂਰੇ ਭਾਰਤ ਵਿੱਚ ਦੁਸ਼ਹਿਰੇ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਦੁਸ਼ਹਿਰੇ ਦੀ ਰਾਤ ਨੂੰ ਲੋਕਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਰਾਵਣ, ਮੇਘਨਾਥ, ਕੁੰਭਕਰਨ ਆਦਿ ਦੇ ਪੁਤਲੇ ਸਾੜੇ ਜਾਂਦੇ ਨੇ ਅਤੇ ਲੱਖਾਂ ਕਰੋੜਾਂ ਰੁਪਏ ਦੇ ਪਟਾਕੇ ਵੀ ਚਲਾਏ ਜਾਂਦੇ ਨੇ, ਜਿਸ ਨਾਲ ਲੋਕਾਂ ਦਾ ਕਿੰਨਾ ਖਰਚਾ ਹੁੰਦਾ ਹੈ ਅਤੇ ਪ੍ਰਦੂਸ਼ਣ ਵੀ ਫੈਲਦਾ ਹੈ। ਪਰ ਸੋਸ਼ਲ ਮੀਡੀਆ 'ਤੇ ਲੁਧਿਆਣੇ ਤੋਂ ਇੱਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਲੁਧਿਆਣਾ ਦੇ ਦੇਸੀ ਗਰਾਊਂਡ ਵਿੱਚ ਦੁਸ਼ਹਿਰੇ ਦੇ ਤਿਉਹਾਰ 'ਤੇ ਇੱਕ ਮੇਲੇ ਦਾ ਆਯੋਜਨ ਕੀਤਾ ਗਿਆ ਅਤੇ ਦਿਨ ਦੇ ਸਮੇਂ ਹੀ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਗਿਆ। ਜਾਣਕਾਰੀ ਮੁਤਾਬਿਕ ਇਸ ਮੇਲੇ ਵਿੱਚ ਕੋਈ ਸ਼ੋਰ ਸ਼ਰਾਬਾ ਨਹੀਂ ਅਤੇ ਨਾ ਹੀ ਪਟਾਕੇ ਵਗੈਰਾ ਚਲਾਏ ਗਏ। ਇਸ ਮੇਲੇ ਵਿੱਚ ਬੱਚਿਆਂ ਲਈ ਵੱਖ-ਵੱਖ ਤਰ੍ਹਾਂ ਦੇ ਝੂਲੇ ਅਤੇ ਲੋਕਾਂ ਦੀ ਖਰੀਦਦਾਰੀ ਅਤੇ ਮਨੋਰੰਜਨ ਲਈ ਵੱਖ-ਵੱਖ ਤਰ੍ਹਾਂ ਦੀਆਂ ਦੁਕਾਨਾਂ ਵੀ ਲਗਾਈਆਂ ਗਈਆਂ। ਦੇਖੋ ਪਹਿਲਾਂ ਵਾਇਰਲ ਵੀਡੀਓ। ਲਓ ਜੀ, ਦਰੇਸੀ ਦੇ ਵਿੱਚ ਦੁਸਹਿਰਾ ਦੇਖਣ ਆਏ ਆ। ਦੇਖੋ ਕਿੰਨੀ ਧੂਮਧਾਮ ਨਾਲ ਮਨਾ ਰਹੇ ਆ ਸਾਰੇ ਅਤੇ ਬੜੀ ਸ਼ਰਧਾ ਨਾਲ ਸਾਰੇ, ਕੋਈ ਖੱਪ ਨਹੀਂ, ਕੋਈ ਰੋਲਾ ਨਹੀਂ, ਸਭ ਵਧੀਆ ਢੰਗ ਨਾਲ ਮਨਾ ਰਹੇ ਆ। ਇਹ ਆ ਜੀ ਦਰੇਸੀ ਦਾ ਮੇਲਾ, ਦੇਖੋ ਕਿੰਨਾ ਵਧੀਆ, ਕਿੰਨਾ ਢੰਗ ਨਾਲ ਮਨਾ ਰਹੇ ਲੋਕ। ਸੋ ਦੋਸਤੋ, ਤੁਸੀਂ ਵੀ ਦੇਖਿਆ ਕਿ ਵਾਇਰਲ ਵੀਡੀਓ ਵਿੱਚ ਲੁਧਿਆਣਾ ਵਿਖੇ ਲੋਕਾਂ ਨੇ ਕਿਸ ਤਰ੍ਹਾਂ ਸ਼ਾਂਤੀਪੂਰਵਕ ਦੁਸ਼ਹਿਰੇ ਦਾ ਬਿਨਾਂ ਕਿਸੇ ਸ਼ੋਰ ਸ਼ਰਾਬੇ ਤੋਂ ਅਤੇ ਬਗੈਰ ਪਟਾਕੇ ਚਲਾਏ ਤਿਉਹਾਰ ਮਨਾਇਆ, ਜਿਸ ਨਾਲ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇਸ ਮੇਲੇ ਨਾਲ ਸਮਾਜ ਨੂੰ ਪ੍ਰਦੂਸ਼ਣ ਮੁਕਤ ਦੁਸ਼ਹਿਰਾ ਮਨਾਉਣ ਦਾ ਸੰਦੇਸ਼ ਵੀ ਲੋਕਾਂ ਨੂੰ ਦਿੱਤਾ ਗਿਆ। ਬਿਊਰੋ ਰਿਪੋਰਟ, A1 ਪੰਜਾਬੀ TV।